ਯੂਨਾਈਟਿਡ ਸਿੱਖਸ ਯੂਐਨਓ ਬੇਸਡ ਸੰਸਥਾ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮਾਨਵਤਾ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਕੇਰਲਾ ਵਿੱਚ ਆਈ ਕੁਦਰਤੀ ਆਪਦਾ ਦਾ ਸਾਹਮਣਾ ਕਰ ਰਹੇ ਉੱਥੋਂ ਦੇ ਲੋਕਾਂ ਨੂੰ ਸਹਾਇਤਾ ਦੇ ਰੂਪ ਵਿੱਚ ਰੋਜ਼ਮਰਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਤੋਂ ਇਲਾਵਾ ਮੈਡੀਕਲ ਸਹਾਇਤਾ ਤੇ ਕਈ ਹੋਰ ਤਰ੍ਹਾਂ ਦੀਆਂ ਵਸਤੂਆਂ ਉਪਲਬਧ ਕਰਾਉਣ ਦੇ ਮਕਸਦ ਸਦਕਾ ਅੱਜ ਮੈਡਮ ਨਵਨੀਤ ਕੌਰ ਅਹੁਜਾ ਦੀ ਅਗਵਾਈ ਵਿੱਚ ਜੀਆਰਡੀ ਅਕੈਡਮੀ ਦੇ ਬੱਚਿਆਂ ਵਲੰਟੀਅਰਸ ਵੱਲੋਂ ਕਿਪਸ ਮਾਰਕੀਟ ਵਿਖੇ ਡੋਨੇਸ਼ਨ ਇਕੱਠੀ ਕਰਨ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਲੋਕਾਂ ਨੇ ਸਹਾਇਤਾ ਦੇ ਰੂਪ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਇਸ ਮੌਕੇ ਮੈਡਮ ਨਵਨੀਤ ਕੌਰ ਅਤੇ ਵਲੰਟੀਅਰਸ ਬੱਚਿਆਂ ਨੇ ਦੱਸਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਨਵਨੀਤ ਕੌਰ ਅਹੁਜਾ ਡਾਇਰੈਕਟਰ ਪ੍ਰਿੰਸੀਪਲ ਜੀਆਰਡੀ ਅਕੈਡਮੀ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹਾਂ ਇੱਕ ਵਿਜ਼ਨਰੀ ਸੋਚ ਜੋ ਕਿ ਸਾਡੇ ਚੇਅਰਮੈਨ ਸਰ ਸਰਦਾਰ ਰਾਜਾ ਸਿੰਘ ਜੀ ਦੀ ਹੈ ਕਿ ਕਮਿਊਨਿਟੀ ਸਰਵਿਸਿਜ਼ ਸਕੂਲ ਦਾ ਬਹੁਤ ਇੰਪੋਰਟੈਂਟ ਹਿੱਸਾ ਹੋਣੀ ਚਾਹੀਦੀਆਂ ਹਨ ਇਹ ਸੋਚ ਕੇ ਅਸੀਂ ਡੇਢ ਸਾਲ ਪਹਿਲੇ ਬਹੁਤ ਵਧੀਆ ਇੱਕ ਐਨ ਜੀ ਓ ਯੂਨਾਈਟਿਡ ਸਿੱਖਸ ਜਿਹੜੀ ਕਿ ਯੂਐਨਓ ਬੇਸਡ ਐਨ ਜੀ ਓ ਹੈ ਉਹਦੇ ਨਾਲ ਅਸੀਂ ਆਪਣਾ ਵਰਕਆਊਟ ਸ਼ੁਰੂ ਕੀਤਾ ਅੱਜ ਸਾਡੇ ਬੱਚੇ ਉੱਥੇ ਦੇ ਵਾਲੰਟੀਅਰਸ ਬਣੇ ਮੇਰੇ ਮੈਕਸੀਮਮ 80% ਤੋਂ ਜ਼ਿਆਦਾ ਜਿਹੜਾ ਸਟਾਫ ਹੈ ਔਰ ਸਟੂਡੈਂਟਸ ਹੈ ਉਹ ਯੂਨਾਈਟਿਡ ਸਿੱਖਸ ਦੇ ਵਾਲੰਟੀਅਰਸ ਹਨ ਜੋ ਅੱਜ ਦੀ ਡੇਟ ਵਿੱਚ ਕੇਰਲਾ ਫਲੱਡਸ ਲਈ ਬਹੁਤ ਕੰਮ ਕਰ ਰਹੇ ਹਨ ਅੱਜ ਅਸੀਂ ਇੱਥੇ ਫੰਡ ਰੇਜ਼ਿੰਗ ਲਈ ਪਹੁੰਚੇ ਹਾਂ ਬਹੁਤ ਜ਼ਰੂਰੀ ਹੈ ਸਾਡੇ ਲਈ ਪਹਿਲੇ ਇੱਕ ਅੱਛਾ ਇਨਸਾਨ ਬਣਨਾ ਜੋ ਸਾਡੀ ਇਸ ਕਮਿਊਨਿਟੀ ਯੂਨਿਟ ਦਾ ਇੱਕ ਏਮ ਹੈ ਆਈ ਐਮ ਅ ਬਿਊਟੀਫੁਲ ਹਿਊਮਨ ਬੀਂਗ ਮਾਈ ਕੁਐਸਚਨ ਇਜ਼ ਆਰ ਯੂ ਬਹੁਤ ਜ਼ਰੂਰੀ ਹੈ ਸੋਚਣਾ ਕਿ ਤੁਸੀਂ ਸਿਰਫ ਆਪਣੇ ਲਈ ਜੀ ਰਹੇ ਹੋ ਜਾਂ ਹੋਰਾਂ ਲਈ ਵੀ ਜੀ ਰਹੇ ਹੋ ਇਹ ਇੱਕ ਐਜੂਕੇਸ਼ਨ ਦਾ ਪਾਰਟ ਹੈ ਜੋ ਸਾਡੇ ਬੱਚਿਆਂ ਨੂੰ ਐਜ਼ ਅ ਟੀਮ ਅਸੀਂ ਦੇ ਰਹੇ ਹਾਂ ਕੇਰਲਾ ਵਿੱਚ ਜੋ ਵੀ ਡਿਜ਼ਾਸਟਰ ਹੋਇਆ ਹੈ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਨਿਊਜ਼ ਪੇਪਰ 'ਚ ਅਸੀਂ ਸਾਰੇ ਸੁਣ ਰਹੇ ਹਾਂ ਸਾਡੀ ਉੱਥੇ ਦੋ ਟੀਮਾਂ ਆਲਰੇਡੀ ਪਹੁੰਚ ਚੁੱਕੀਆਂ ਹੈ ਜੋ ਕਿ ਗਰਾਊਂਡ ਲੈਵਲ 'ਤੇ ਕਾਫੀ ਕੰਮ ਕਰ ਰਹੀਆਂ ਹੈ ਮੋਰ ਦੈਨ 15 ਵਿਲੇਜਸ ਦੇ ਹੈਵ ਕਵਰਡ ਮੋਰ ਦੈਨ 500 ਵਿਲੇਜਸ ਜਿਹੜੇ ਪੇਸ਼ੈਂਟਸ ਹੈ ਉਹਨਾਂ 'ਤੇ ਵਰਕ ਹੋ ਰਿਹਾ ਹੈ ਸਾਡਾ ਜਿਹੜਾ ਉੱਥੇ ਕੈਂਪ ਲੱਗਿਆ ਹੋਇਆ ਹੈ ਉਹ ਅਸੀਂ ਟ੍ਰਾਈਬਲ ਏਰੀਆਜ਼ 'ਤੇ ਲਗਾਇਆ ਹੈ ਵੀ ਆਰ ਵਰਕਿੰਗ ਇਨ ਟ੍ਰਾਈਬਲ ਏਰੀਆਜ਼ ਐਂਡ ਜ਼ਿਆਦਾ ਜ਼ੋਰ ਸਾਡਾ ਮੈਡੀਸਨਸ ਮੈਡੀਕੇਸ਼ਨ 'ਤੇ ਹੈ ਮੈਡੀਸਨਸ ਪ੍ਰੋਵਾਈਡ ਕਰ ਰਹੇ ਹਾਂ ਕੀ ਪ੍ਰੀਵੈਂਟਿਵ ਮੈਸ਼ਰਸ ਲੈਣੇ ਚਾਹੀਦੇ ਕੱਲ੍ਹ ਇੱਕ ਵੀਡੀਓ ਮੈਂ ਦੇਖੀ ਸਾਡੇ ਵੀਰ ਨੇ ਭੇਜੀ ਹੈ ਜਿੰਨੇ ਖੂਹ ਹੈ ਉੱਥੇ ਉਹ ਸਾਰੇ ਵਾਟਰ ਉਹਦੇ 'ਚ ਪੋਲਿਊਟਿਡ ਹੋ ਗਿਆ ਹੁਣ ਪਾਣੀ ਅੱਜ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਬਟ ਇੱਕ ਮਹੀਨੇ ਬਾਅਦ ਉਹ ਲੋਕ ਕਿਵੇਂ ਜੀਣਗੇ ਪਾਣੀ ਨੂੰ ਕਿਵੇਂ ਪਿਓਰੀਫਾਈ ਕੀਤਾ ਜਾਏ ਇਸ ਦੇ ਲਈ ਅਸੀਂ ਏਮਸ ਦੇ ਵਾਈਸ ਪ੍ਰੈਜ਼ੀਡੈਂਟ ਹੈ ਡਾਕਟਰ ਅਭਿਸ਼ੇਕ ਉਹ ਸਾਡੀ ਹੈਲਪ ਕਰ ਰਹੇ ਹੈ ਇੱਕ ਟੀਮ ਵੀ ਏਮਸ ਤੋਂ ਜਾ ਰਹੀ ਹੈ ਜੋ ਸਾਡੇ ਬੇਸ ਕੈਂਪ 'ਤੇ ਆ ਕੇ ਵੀ ਨਾਲ ਸਾਡੇ ਵਰਕ ਕਰੇਗੀ ਦੇ ਆਰ ਗਿਵਿੰਗ ਅਸ ਪ੍ਰੀਵੈਂਟਿਵ ਮੈਸ਼ਰਸ ਕੀ ਕਰਨਾ ਹੈ ਆਈਲ ਜਸਟ ਸ਼ੇਅਰ ਮਾਈ ਕਿਡਸ ਵਿਦ ਯੂ ਜੋ ਕੁਛ ਥੋੜ੍ਹਾ ਦੱਸਣਾ ਚਾਹੁੰਗੇ ਕਿ ਕਿਸ ਤਰ੍ਹਾਂ ਜੀਆਰਡੀ ਅਕੈਡਮੀ ਸਾਡੇ ਐਮਡੀ ਡਾਇਰੈਕਟਰ ਹੈ ਸਰਦਾਰ ਇੰਦਰਜੀਤ ਸਿੰਘ ਜੀ ਹੂ ਇਜ਼ ਰੇਜ਼ਿੰਗ ਫੰਡਸ ਫਰੋਮ ਜੀਆਰਡੀ ਆਲਸੋ ਫਾਰ ਕੇਰਲਾ ਬੈਕ ਟੂ ਯੂ ਸਰਗਮ ਤਾਂ ਵਾਹਿਗੁਰੂ ਜੀ ਕੀ ਫਤਿਹ ਆਈ ਸਰਗਮ ਤਨੇਜਾ ਆਫ ਜੀਆਰਡੀ ਅਕੈਡਮੀ ਵੀ ਆਲ ਆਰ ਹੇਅਰ ਵਿਦ ਆਰ ਰਿਸਪੈਕਟਿਡ ਪ੍ਰਿੰਸੀਪਲ ਮੈਮ ਮਿਸਿਸ ਨਵਨੀਤ ਕੌਰ ਐਂਡ ਮਾਈ ਅਦਰ ਫੈਲੋ ਮੇਟਸ ਟੂ ਰੇਜ਼ ਦੀ ਫੰਡ ਫੋਰ ਕੇਰਲਾ ਵੀ ਆਲ ਆਰ ਵੈਰੀ ਵੈਲ ਅਵੇਅਰ ਅਬਾਊਟ ਦੀ ਇਸ਼ੂਜ਼ ਦੈਟ ਕੇਰਲਾ ਇਜ਼ ਫੇਸਿੰਗ ਨਾਓ ਡੇਜ਼ ਹੈਂਸ ਇਟਸ ਹਾਈ ਟਾਈਮ ਫੋਰ ਆਲ ਆਫ ਅਸ ਟੂ ਕਮ ਫੋਰਵਰਡ ਐਂਡ ਫਾਈਟ ਫੋਰ ਕੇਰਲਾ ਦੋਜ਼ ਆਰ ਆਲਸੋ ਇੰਡੀਅਨਸ ਹੂ ਆਰ ਸਟਕ ਦੈਰ ਈਵਨ ਵੀ ਆਰ ਇੰਡੀਅਨਸ ਹੂ ਕੈਨ ਹੈਲਪ ਦੈਮ ਆਊਟ ਟੂ ਕਮ ਆਊਟ ਆਫ ਦੈਟ ਸਿਚੁਏਸ਼ਨ ਸੋ ਟੂਡੇ ਐਸ ਮਚ ਐਸ ਪੋਸੀਬਲ ਇਟਸ ਅ ਹੰਬਲ ਰਿਕੁਐਸਟ ਟੂ ਆਲ ਆਫ ਦੀ ਪੀਪਲ ਹੂ ਆਰ ਹੇਅਰ ਕੈਨ ਕਮ ਫੋਰਵਰਡ ਐਂਡ ਡੋਨੇਟ ਫੋਰ ਦਿਸ ਨੋਬਲ ਕੋਸ ਐਸ ਦੋ ਪੀਪਲ ਹੂ ਆਰ ਦੇਰ ਆਰ ਇਨ ਅ ਸੀਵੀਅਰ ਨੀਡ ਆਫ ਮਨੀ ਸੋ ਪਲੀਜ਼ ਗਿਵ ਐਸ ਮਚ ਐਸ ਮਨੀ ਪੋਸੀਬਲ ਥੈਂਕ ਯੂ ਅੱਜ ਆਪਾਂ ਇਸ ਲਈ ਇਕੱਠੇ ਹੋਏ ਹਾਂ ਤਾਂ ਕਿ ਤੁਹਾਡੇ ਨਾਲ ਤੁਹਾਡੇ ਤੋਂ ਇਹ ਸਭ ਤੋਂ ਨਿਵੇਦਨ ਹੈ ਜਿੰਨਾ ਹੋ ਸਕੇ ਉਨਾ ਆਖ ਦਿਓ ਤੁਹਾਡਾ ਛੋਟਾ ਜਿਹਾ ਦਿੱਤਾ ਹੋਇਆ ਵੀ ਉਹਨਾਂ ਲਈ ਬਹੁਤ ਵੱਡਾ ਸਾਬਿਤ ਹੋਊਗਾ ਥੈਂਕ ਯੂ ਯੂਨਾਈਟਿਡ ਸਿੱਖਸ 2003 ਵਿੱਚ ਇੰਡੀਆ 'ਚ ਆਈ ਸੀ ਯੂਨਾਈਟਿਡ ਸਿੱਖਸ ਤਦ ਤੋਂ ਆਪਣੇ ਲੈਵਲ 'ਤੇ ਸੇਵਾ ਕਰਦੀ ਹੈ ਪ੍ਰੋਜੈਕਸ਼ਨ ਜ਼ਰੂਰ ਥੋੜ੍ਹੀ ਘੱਟ ਸੀ ਬਾਕੀ ਜਥੇਬੰਦੀਆਂ ਵੀ ਬਹੁਤ ਵਧੀਆ ਕੰਮ ਕਰ ਰਹੀਆਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਵਿਰਾਸਤ ਵਿੱਚ ਸੇਵਾ ਕਰਨ ਦੀ ਗੱਲ ਸਿਖਾਈ ਹੈ ਸਾਰੀ ਜਥੇਬੰਦੀਆਂ ਮਿਲ ਕੇ ਕਰੀ ਔਰ ਮੈਂ ਬੜੇ ਪ੍ਰਾਊਡਲੀ ਦੱਸਦੀ ਹਾਂ ਐਸ ਜੀ ਪੀ ਸੀ ਪੀ ਟੀ ਸੀ ਲੋਟ ਆਫ ਪੀਪਲ ਆਰ ਵਰਕਿੰਗ ਓਵਰ ਦੇਅਰ ਵੀ ਆਰ ਵਰਕਿੰਗ ਟੁਗੇਦਰ ਸਾਡਾ ਜਿਹੜਾ ਇੱਕ ਸੋਚ ਹੈ ਕਿ ਇਕੱਠ 'ਚ ਜਿੰਨੀ ਤਾਕਤ ਹੁੰਦੀ ਹੈ ਕਿਸੇ 'ਚ ਨਹੀਂ ਹੁੰਦੀ ਅੱਜ ਕੇਰਲਾ ਦੀ ਤੁਸੀਂ ਨਿਊਜ਼ ਦੇਖ ਰਹੇ ਹੋ ਬਾਰ ਬਾਰ ਆ ਰਿਹਾ ਸਿੱਖਾਂ ਨੇ ਉੱਥੇ ਜਾ ਕੇ ਧਮਾਲ ਪਾਤੀ ਸਿੱਖਾਂ ਨੇ ਲੋਕਾਂ ਨੂੰ ਸੇਵਾ ਕਰਨੀ ਸਿਖਾਤੀ ਕਿਸੇ ਜਥੇਬੰਦੀ ਦਾ ਨਾਂ ਪਰਟੀਕੁਲਰ ਨਹੀਂ ਆ ਰਿਹਾ ਆਉਣਾ ਵੀ ਚਾਹੀਦਾ ਜੇ ਆ ਰਿਹਾ ਬਹੁਤ ਵਧੀਆ ਮੈਂ ਕਹਿਣਾ ਚਾਹਾਂਗੀ ਕਿ ਅਸੀਂ ਸਾਰੇ ਇੱਕ ਹਾਂ ਅਸੀਂ ਉਸ ਗੁਰੂ ਦੇ ਬੱਚੇ ਹਾਂ ਜਥੇਬੰਦੀਆਂ ਦੇ ਨਾਂ ਡਿਫਰੈਂਟ ਹੋ ਸਕਦੇ ਹੈ ਬਟ ਸਾਡੇ ਸਾਰਿਆਂ ਦਾ ਏਮ ਜਿਹੜਾ ਹੈ ਉਹ ਇੱਕੋ ਹੀ ਹੈ ਸੇਵਾ ਹਾਂਜੀ ਹਾਂਜੀ ਸਾਡੇ ਬੈਨਰ ਦੇ ਉੱਤੇ ਤੁਹਾਨੂੰ ਉਹ ਨੰਬਰ ਅਕਾਊਂਟ ਨੰਬਰ ਸਭ ਕੁਝ ਨਜ਼ਰ ਆਏਗਾ ਜਿੱਥੇ ਡੋਨੇਸ਼ਨ ਪਾਣੀ ਹੈ ਐਂਡ ਅਸੀਂ ਕਹਿ ਰਹੇ ਹਾਂ ਜ਼ਿਆਦਾ ਫੰਡ ਰੇਜ਼ ਕਰੀਏ ਕਿਉਂਕਿ ਕਾਰਗੋ ਦੀ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਸੋ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਲੋਕਲ ਮਾਰਕੀਟ ਤੋਂ ਹੀ ਸਾਰੀ ਚੀਜ਼ਾਂ ਪਰਚੇਸ ਕਰਨ ਮੈਡੀਸਨਸ ਇੱਕ ਚੀਜ਼ ਹੈ ਜੋ ਅਸੀਂ ਡੋਨੇਸ਼ਨ ਵਿੱਚ ਡਾਇਰੈਕਟਲੀ ਲੈ ਰਹੇ ਹਾਂ
Vaheguru Ji Ka Khalsa, Vaheguru Ji Ki Fateh. I, Siddharth Kaur from GRE Academy, Ludhiana, has here arrived with my school for the fundraising of Kerala floods victim. So, jidda ki assi jaande ki Kerala vich jehdi vi dukhad ghatna vapar rahi hai, us layi sanu aj aapa is layi ikatthe hoye haan taaki aapa utthe de jehde saade veer bhain bhra han, ohna di aapa madad kar sakiye. Aapa daily assembly vich vi bolde haan ki all Indians are our brothers and sisters. So, aj aapa o cheez nu proof kar rahe haan, te o cheez le aapa aj vi khade hoye haan, aapa dilon jarur unna de naal haan, paave aapa physically nahi naal, but unna de dilon naal hai gaya, te aapa unna le jinna vi madad ho sakdi aapa o karange. Vaheguru Ji Ka Khalsa, Vaheguru Ji Ki Fateh. Ludhiana to Gurmeet Nijjar di report, cameraman Ravi Sharma de naal, Fox.Punjabi, your city, your news.